ਅੱਛਾ ਦੂਜਾ ਨੇ ਜਿੰਦੇ ਦਾ ਜ਼ਿਕਰ ਕੀਤਾ ਕਿ ਦਾ ਜਿੰਦਾ ਐਸਾ ਸੀ ਉਹਦੇ ਤੇ ਬਹੁਤ ਤਸ਼ੱਦਦ ਵੀ ਹੋਇਆ ਅੱਛਾ ਜ਼ੁਲਮ ਵੀ ਬਹੁਤ ਹੋਇਆ ਠੀਕ ਪਰ ਉਹਦੀ ਇੱਕ ਖਾਸ਼ੀਅਤ ਸੀ ਕਿ ਉਹ ਜ਼ੁਲਮ ਸਹਾਰਦਾ ਹੋਇਆ ਵੀ ਕੁੱਟ ਖਾਂਦਾ ਹੋਇਆ ਵੀ ਸੀ ਇਹ ਚੱਲਦਾ ਹੋਇਆ ਵੀ ਉਹ ਮਖੌਲ ਕਰਨ ਨਹੀਂ ਹਟਿਆ ਸਾਨੂੰ ਅੱਛਾ ਅਤੇ ਹੈਲੀਕਾਪਟਰ ਜੋ ਉੱਥੇ ਦਿੱਲੀ ਲੈ ਗਏ ਜੀ ਉਦੋਂ ਮੈਨੂੰ ਨਹੀਂ ਸੀ ਪਤਾ ਦਿੱਲੀ ਮੈਨੂੰ ਉਹਨਾਂ ਨੇ ਇਹ ਕਿਹਾ ਵੀ ਅਸੀਂ ਜੰਮੂ ਲੈ ਕੇ ਜਾ ਰਹੇ ਹਾਂ ਜਾਂ ਅਸੀਂ ਬਾਰਡਰ 'ਤੇ ਲੈ ਕੇ ਜਾ ਰਹੇ ਹਾਂ ਅੱਛਾ ਜੀ ਹੈਂ ਬਾਰਡਰ 'ਤੇ ਅਸੀਂ ਜਹਾਜ਼ ਸੁੱਟ ਦੇਣਾ ਪੁੱਠਾ ਕਰਕੇ ਇੱਕ ਉੱਥੇ ਨਾ ਭਾਈ ਸੁਜਾਨ ਸਿੰਘ ਦੀ ਲਿਖੀ ਹੋਈ ਡਾਇਰੀ ਸੀ ਉਹਨਾਂ ਦੇ ਕੋਲ 84 ਜੀ ਕਾਬੂ ਉਹਨਾਂ ਦੇ ਆਈ ਕਿਤੇ ਅੱਛਾ ਜੀ ਉਹ ਡਾਇਰੀ ਚੱਕੀ ਫਿਰ ਅੱਛਾ ਜੀ ਉਹਨਾਂ ਕੋਲ ਡਾਇਰੀ ਸੀ ਉਹਦੇ 'ਚ ਮੇਰਾ ਨਾਂ ਲਿਖਿਆ ਸੀ ਜੀ ਉਹ ਸੁਜਾਨ ਸਿੰਘ ਦੇ ਹੱਥਾਂ ਲਿਖਿਆ ਵੀ ਮੋਹਕਮ ਸਿੰਘ ਨੂੰ 303 ਦੀ ਇੱਕ ਰਫਲ ਦਿੱਤੀ ਮੈਨੂੰ ਕਹਿੰਦੇ ਕਿਉਂ ਮਾਰਿਆ ਉਹ ਬਜ਼ੁਰਗ ਹੈਗੀ ਸੀ ਪ੍ਰਧਾਨ ਮੰਤਰੀ ਫਲਾਣਾ ਢੀਂਗੜਾ ਮੈਨੂੰ ਨਾ ਜਦੋਂ ਉਹਨੇ ਗੱਲ ਕੀ ਜਜ਼ਬਾਤ ਜਵਾਨੀ ਅਤੇ ਜਜ਼ਬਾਤ ਇੱਕ ਵੱਖਰੀ ਚੀਜ਼ ਹੁੰਦੀ ਹਾਂਜੀ ਹਾਂਜੀ ਮੈਂ ਕਿਹਾ ਉਹਨੇ ਮਰਨਾ ਹੀ ਮਰਨਾ ਸੀ ਹਾਂਜੀ ਉਹ ਤਾਂ ਮਰ ਗਈ ਉਹ ਤਾਂ ਸਤਵੰਤ ਸਿੰਘ ਬਿਆਂਸੇ ਨੇ ਕਿਉਂ ਮਾਰੀ ਮੈਨੂੰ ਗੁੱਸਾ ਆਈ ਜਾਂਦਾ ਉਹਨਾਂ ਦੋਵਾਂ 'ਤੇ ਕਹਿੰਦਾ ਜੇ ਕਿਤੇ ਚਾਂਦਨੀ ਚੌਂਕ ਦੇ ਲਾਗੇ ਤੂੰ ਖੜ ਕੇ ਗੱਲ ਕਹਿੰਦੇ ਲੋਕ ਤੇਰੀਆਂ ਬੋਟੀਆਂ ਤੋੜ ਕੇ ਲੈ ਜਾਂਦੇ ਠੀਕ 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 ਹਾਲਾਤ ਹੀ ਉਦੋਂ ਇਹਨਾਂ ਦੇ ਹਾਂਜੀ ਹਾਂ ਉਹ ਜੇ ਚਾਂਦਨੀ ਚੌਂਕ ਦਾ ਸ਼ਬਦ ਜਿਹੜਾ ਸੀ ਨਾ ਉਹ ਮੈਨੂੰ ਦੱਸ ਗਿਆ ਵੀ ਤੂੰ ਦਿੱਲੀ 'ਚ ਹੈ ਠੀਕ ਹੈ ਠੀਕ ਹੈ ਆਦਮੀ ਕੁਰਸੀ 'ਤੇ ਆ ਕੇ ਬੈਠਿਆ ਕੋਈ ਅੱਖਾਂ ਭਾਈ ਸਾਹਿਬ ਦੀਆਂ ਬੰਨੀਆਂ ਹੋਈਆਂ ਨੇ ਹੁਣ ਤੁਹਾਡੇ ਮਨ ਦੇ ਵਿੱਚ ਵੀ ਇੱਕ ਕਿਰਿਓਸਟੀ ਬਣੀ ਹੋਈ ਆ ਕਿ ਭਾਈ ਸਾਹਿਬ ਨੂੰ ਚੰਗਾ ਖਾਣਾ ਖਵਾਲਿਆ ਗਿਆ ਇਸ਼ਨਾਨ ਕਰਾਇਆ ਗਿਆ ਕੱਪੜਿਆਂ 'ਤੇ ਪਰਫਿਊਮ ਪਾਇਆ ਗਿਆ ਕੌਣ ਅਫਸਰ ਮਿਲਣ ਆਇਆ ਸੀ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਲਗਭਗ 8 ਕੁ ਦੇ ਕਰੀਬ ਐਪੀਸੋਡ ਵੇਖੇ ਨੇ ਜਿੱਥੇ ਅਸੀਂ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਜੀ ਦੇ ਨਾਲ ਲਗਾਤਾਰ ਉਹਨਾਂ ਦੇ ਸੰਘਰਸ਼ਮਈ ਜੀਵਨ ਬਾਰੇ ਅਸੀਂ ਗੱਲਬਾਤ ਕਰ ਰਹੇ ਸਾਂ ਸਟੈਪ ਬਾਈ ਸਟੈਪ ਅਸੀਂ ਚੱਲ ਰਹੇ ਸਾਂ ਅਤੇ ਲਗਭਗ 8 ਐਪੀਸੋਡ ਜਿਹੜੇ ਆ ਬਣ ਗਏ ਉਸ ਤੋਂ ਬਾਅਦ ਸਾਨੂੰ ਪਾਕਿਸਤਾਨ ਦੀ ਯਾਤਰਾ 'ਤੇ ਜਾਣਾ ਪੈ ਗਿਆ ਅਤੇ ਫਿਰ ਕੁਛ ਇਸ ਤਰ੍ਹਾਂ ਦੇ ਸਬੱਬ ਬਣਦੇ ਰਹੇ ਕਿ ਅਗਲਾ ਐਪੀਸੋਡ ਰਿਕਾਰਡ ਕਰਨ ਦੇ ਵਿੱਚ ਇੱਕ ਬ੍ਰੇਕ ਜੀ ਪੈ ਗਈ ਪਰ ਸੰਗਤ ਵੱਲੋਂ ਲਗਾਤਾਰ ਸਾਨੂੰ ਕਮੈਂਟਸ ਆਉਂਦੇ ਰਹੇ ਫੋਨ ਆਉਂਦੇ ਰਹੇ ਕਿ ਇਸ ਤੋਂ ਅੱਗੇ ਕੀ ਹੋਇਆ ਭਾਈ ਸਾਹਿਬ ਦੇ ਜੀਵਨ ਬਾਰੇ ਜਾਂ ਉਸ ਸੰਘਰਸ਼ ਦੇ ਬਾਰੇ ਗੱਲ ਜਿਹੜੀ ਆ ਅੱਗੇ ਕਿਉਂ ਨਹੀਂ ਚੱਲੀ ਅਤੇ ਅੱਜ ਸੰਗਤਾਂ ਦੀ ਪੁਰਜ਼ੋਰ ਫਰਮਾਇਸ਼ 'ਤੇ ਅਤੇ ਉਹਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵਾਰੀ ਫਿਰ ਅਸੀਂ ਭਾਈ ਮੋਹਕਮ ਸਿੰਘ ਜੀ ਨੂੰ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਅਤੇ ਉੱਥੋਂ ਹੀ ਗੱਲ ਆਪਾਂ ਸ਼ੁਰੂ ਕਰਨੀ ਆ ਕਿ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਲਾਲ ਕਿਲ੍ਹੇ ਦੇ ਵਿੱਚ ਜਾ ਕੇ ਬੰਦ ਕਰ ਦਿੱਤਾ ਗਿਆ ਮੈਂ ਇੱਕ ਵਾਰੀ ਫਿਰ ਯਾਦ ਕਰਵਾ ਦਿਆਂ ਕਿ ਲਾਲ ਕਿਲ੍ਹੇ ਦੇ ਵਿੱਚ ਸਿਰਫ 3 ਸਿੰਘਾਂ ਬਾਰੇ ਅਸੀਂ ਸੁਣਦੇ ਹਾਂ ਜਿਨ੍ਹਾਂ ਨੂੰ ਉੱਥੇ ਜਾ ਕੇ ਪੁੱਛਗਿੱਛ ਕੀਤੀ ਗਈ ਇੱਕ ਸਨ ਸ਼ਹੀਦ ਭਾਈ ਸਤਵੰਤ ਸਿੰਘ ਜੀ ਇੰਦਰਾ ਕੇਸ ਵਾਲੇ ਅਤੇ ਦੂਸਰੇ ਸਨ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਭਾਈ ਜਿੰਦਾ ਸੁੱਖਾ ਦੇ ਨਾਂ ਦੇ ਨਾਲ ਇਹ ਜੋੜੀ ਬਹੁਤ ਮਸ਼ਹੂਰ ਹੈ ਇਹਨਾਂ ਨੂੰ ਉੱਥੇ ਇੰਟਰੋਗੇਟ ਕੀਤਾ ਸੀ ਅਤੇ ਚੌਥਾ ਨਾਂ ਅੱਜ ਭਾਈ ਮੋਹਕਮ ਸਿੰਘ ਜੀ ਦਾ ਆਇਆ ਕਿ ਉੱਥੇ ਉਹਨਾਂ ਨੂੰ ਕਿਵੇਂ ਰੱਖਿਆ ਗਿਆ ਕੀ ਕੁਝ ਹੋਇਆ ਉਸੇ ਸਿਲਸਿਲੇ ਨੂੰ ਹੀ ਉੱਥੋਂ ਹੀ ਜਿਹੜਾ ਆਪ ਜੀ ਦੇ ਰੂਬਰੂ ਕਰਨ ਜਾ ਰਹੇ ਹਾਂ ਭਾਈ ਸਾਹਿਬ ਜੀ ਇੱਕ ਵਾਰੀ ਫਿਰ ਉਸ ਲੜੀ ਨੂੰ ਤੋਰਦੇ ਹੋਏ ਆਪ ਸਭ ਦਾ ਆਪ ਜੀ ਦਾ ਸਵਾਗਤ ਹੈ ਅਤੇ ਫਤਿਹਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਗੱਲ ਉੱਥੋਂ ਹੀ ਸ਼ੁਰੂ ਕਰਦੇ ਹਾਂ ਵੀ ਜਦੋਂ ਤੁਹਾਨੂੰ ਗ੍ਰਿਫਤਾਰ ਕਰਕੇ ਲਾਲ ਕਿਲ੍ਹੇ ਦੇ ਵਿੱਚ ਪੁੱਛਗਿੱਛ ਲਈ ਲੈ ਗਏ ਅਤੇ ਨੈਚੁਰਲੀ ਆ ਜਿਹੜਾ ਸਾਨੂੰ ਹੁਣ ਤੱਕ ਸੁਣਨ ਨੂੰ ਮਿਲਿਆ ਕਿ ਬੁੱਚੜਖਾਨੇ 'ਤੇ ਪੰਜਾਬ 'ਚ ਵੀ ਬੜੇ ਬੜੇ ਖਤਰਨਾਕ ਰਹੇ ਆ ਬੀਕੋ ਰਿਹਾ ਮਾਲ ਮੰਡੀ ਰਿਹਾ ਲੱਦਾ ਕੋਠੀ ਰਿਹਾ ਹੋਰ ਵੀ ਕਈ ਥਾਈਂ ਜਿੱਥੇ ਵੀ ਕਿਤੇ ਤਸ਼ੱਦਦ ਹੁੰਦੇ ਰਹੇ ਬੁੱਚੜਖਾਨਾ ਇਹ ਬਣਾ ਲਈਦੇ ਸਨ ਪਰ ਲਾਲ ਕਿਲ੍ਹੇ ਦੀ ਐਸੀ ਕਿਹੜੀ ਖਾਸੀਅਤ ਸੀ ਵੀ ਕਹਿੰਦੇ ਆ ਵੀ ਉਹ ਵਾਕਿਆ ਹੀ ਉੱਥੇ ਮਾੜੇ ਬੰਦੇ ਨੂੰ ਤਾਂ ਇਹ ਬੰਦ ਹੀ ਕਰ ਦਿਉ ਅਤੇ ਉਹ ਮਤਲਬ ਉਹ ਕੰਮ ਜਾਂਦਾ ਦੇਖੋ ਬੇਨਤੀ ਹੈ ਕਿ ਜਿੱਥੋਂ ਤੱਕ ਮੈਂ ਸੁਣਿਆ ਜਾਂ ਉੱਥੇ ਸਮਝਿਆ ਹਾਂਜੀ ਉਹ ਇਹ ਆ ਕਿ ਜਿਹੜੀ ਸਤਵੰਤ ਸਿੰਘ ਦੀ ਅਤੇ ਉੱਥੇ ਕਹਿੰਦੇ ਮੇਜਰ ਨਾਂ ਦਾ ਬੰਦਾ ਸੀ ਅੱਛਾ ਜਾਂ ਤਾਂ ਫੌਜ 'ਚੋਂ ਆਇਆ ਸੀ ਜਾਂ ਬੀਐਸਐਫ 'ਚੋਂ ਆਇਆ ਜਾਂ ਵੈਸੇ ਉਹਨੂੰ ਮੇਜਰ ਕਹਿੰਦੇ ਹੋਣ ਮੈਂ ਨਹੀਂ ਉਹਦੇ ਬਾਰੇ ਨਹੀਂ ਕਹਿ ਸਕਦਾ ਠੀਕ ਤਾਂ ਮੈਂ ਉਸ ਕਿਲ੍ਹੇ ਵਿੱਚ 57 ਦਿਨ ਰਿਹਾ ਜੀ ਉਸ ਥਾਂ 'ਤੇ ਜਦੋਂ ਆਪਾਂ
एक तो गेट हैगा सीसगंज साहब वाले पासे इधर नहीं जी, जो इतों आप परले पासे जामा मस्जिद में मुड़ते हैं थोड़ा जहा अगे हो के जी, तो खब्बे हाथ में मुड़ जाइए दरियागंज वाला जिथे आरंभ हों, अगे एक खब्बे हाथ जो दरवाजा दूजा ला अपने का किले का, उनके अंदर मतलब कि किसी को जाने की इजाजत नहीं होंगी। ठीक। तो उनके सामने एक बारहवीं थाना बनया होया दरियागंज थाना कहते हैं। ठीक ठीक। उनके दरियागंज थाने के बिल्कुल अपोजिट किला किले के जोड़ा है वो मतलब कि टेरोगेशन बनी हुई है। ठीक। मैनू जो जानकारी मिली मैं वो पहला तो 50 दिन तक तो मेरा बहुत उन्होंने मैं उनके बारे करदा बाद चे तो सवाल उत्थे ही लैंदा जिथों मैं आरंभ करना चाहता हाँ जी, कि उत्थे सतवंत सिंह ते मैं उन्होंने पूछा भी किहड़े किहड़े इत्थे आए, उन्हें मैनू कहिंदा जी इत्थे बहुत आए मुसलमान भी आए, इत्थे उन्हें एक बड़े वड्डे एक ठग का नाम लिया वो दुनिया में बड़ा मशहूर से, होर भी इंटरव्यू एक दो बंद उन्होंने इत्थे कीतियां जी, बिरले बिरले नाम लाए उन्होंने जी जी, तो वह मैं इन्हों मुसलमाना भी कुछ जिक्र आए होंगे जी जी, मैं क्या साढ़े सिखा चो कहते जिंदा आया से इतने। अच्छा। असल च एक कई लोगों को याद हों शायद जिंदा सुखा जो उन्होंने वैद्या मारिया तो उदो कट्ठे वो उत्थे फड़े गए जी पुणे उत्थे, तो जिंदा इतों फड़िया गया जी। दरअसल जिंदा दो बारी फड़िया गया जी, जिंदा एक बार इस तो पहला फड़िया गया सी। ठीक। जो पहला फड़िया गया सी समय उन्हों मतलब कि इतों बाई रोड लेके जा रहे सी कि उधर बड़ोदे वाल ज किसी पासे नू, तो रस्ते विच वो किसी होटल तो खाना पाना खाने लगे पुलिस वाले ज कुछ इदा वो बड़ा तेज तरार सी तो वह दौड़ गया सी। हाँ जी हाँ जी। एक बार रैसट होंगी ए सी। ठीक। एक रैसट होंगी ए सी कि जदों दूजे जिहड़े सी वह तो उत्थे फड़े गए पुणे। ठीक। तो जिंदे नूं मतलब कि उन्होंने इत्थे रख्या सी। अच्छा। इत्थे इत्थे कल्ले नहीं रहे दोवें भाई जिंदा सुखा दोवें इकट्ठे नहीं आए भाई जिंदा ही उत्थे उत्थे मुड़ के उस बाद उत्थे लैके गए पहला लैके एक बार इत्थे जिहड़ा फड़िया एक बार इत्थे पुछगिछ होंदी हुई है। ठीक। मैं इन्हूं पूछा भी किवें इन्हां दी पुछगिछ किदां दी सी, जदों अखीरले 50 दिन लंघ गए उदों बाद मैं भी थोड़ा जा रिलैक्स हो गए रिलैक्स हो गया, मैंने पता लग गया उन्होंने कहता जी तुहानूं हुण असीं उवें बाद च गल करदे आ जी, हुण असीं तुहानूं जेल भेज देना। ठीक। तो थोड़ा जा मैनूं स्नानपान कराता नहा धोआ। ठीक। 50 दिन बाद गर्मी दे दिन सी मई जून दे। ठीक। तो अप्रैल दे उह गर्मी सी ते उह मैनूं जदों को उन्होंने कहा तो उदों को बंदे दते उन्होंने भी हो जाता भी चलो हूँ इन्हें जेल चले जाना। मैं मेजर नाँ का बंदा जिहड़ा उन्होंने पूछा मैं इत्थे आया उन्हें जिंदे का जिक्र किया जी सतवंत सिंह का किया, वो कहिंदे जिहड़े सतवंत सिंह केरसर की पुछगिछ सी वह पुछगिछ जिहड़ी सी उहदे विच तां साडे वर्गे बंदे नूं नेड़े नहीं जाण दित्ता उन्होंने। ठीक। वो बहुत हाई लेवल दे जिहड़े कोई IPS अफसर ही कीती वड्डे अफसर जिहड़े सी हाई लेवल दे हाँ जी हाँ जी वो ही उन्होंने पुछगिछ करते रहे वड्डियां एजेंसियां वड्डियां मतलब उन्होंने किया उन्हें पास एक साइड पर रख के सानू मतलब उन्होंने सामने मतलब साढ़े सामने उन्होंने नहीं मतलब नहीं पूछा पर उन्होंने पुछगिछ होर तरह हुई। ठीक। मैं अंदाजा लाना कि उन्होंने बारे सरकार भी कि इंदिरा के कतल मगर कोई उस समय दिया वड्डिया सरकार अमेरिका का इंग्लैंड का पाकिस्तान का ज एरा वगैरह किसी होर का मतलब कि रसिया का या किसी का भी कोई हाथ तो नहीं है कोई वो सरकार होर तरह की पुछगिछ उन्होंने होर लेवल पर की तो वो सीक्रेट वक्री किस्म की सी। ठीक ठीक ठीक। क्योंकि वो कतल उन्होंने हाई लेवल का कतल हाँ जी हाँ जी बिल्कुल कोई गल नहीं हाई प्रोफाइल से हाँ तो उनकी पुछगिछ बारे वह कहता जी मैंने कोई जानकारी नहीं की होया उन्होंने उन्होंने अलग पुछते सी। ठीक। अच्छा दूजा उन्हें जिंदे का जिक्र किया कि जिंदा ऐसा सी उन्हें बहुत तशद्दुद भी होया अच्छा जुल्म भी बहुत होया। ठीक। पर उनकी एक खासियत सी कि वह जुल्म सहारदा होया भी कुट खांदा होया भी तसीहे झलदा होया भी वो मखौल करनो नहीं हटिया सानू अच्छा मतलब टिचरा ही करता रहा वो सानू का उदों भी टिचर करता थक गया जी होना है अच्छा। मैं तो जे महा गर्मी होया हाँ अच्छा मतलब कहते भी सानू मखौल ही असी उन्हें मूँह सुने हमेशा नहीं असी उस बंदे की मतलब कि खासी जी है वाह साढ़े समझो परे की कहानी भी ऐसा मनुख भी दुनिया च हो सकता है कि जोड़ा सानू मतलब कि कुट खांदा हो जो कई बार बेहोश भी हो जाता है कई उ बड़ा कुछ होंगे तो जदों होश होना उन्हें कहना लै मैं तो जो गर्मी होया था तो भज भी तो गए थक भी गए थक भी गए तो भज भी चले हो तो वह कहें भी वो महान मखौल करता रहा वाह जिंदे बारे मतलब जिहड़ा मतलब सतगुरु की कृपा नाल ही अवस्था बन सकदी हुण मतलब एक मतलब शरीर है एक इंसानी शरीर है इहनूं ते तोड़दिआं मरोड़दिआं 15 मिनट लगदे आ हाँ उत्थे बहुत तशद्दुद हुंदा उत्थे मतलब मैं उन्होंने दो बंदिआं दीआं
ਗੱਲਾਂ ਜਿਹੜੀਆਂ ਸੀ ਵੱਖਰੀਆਂ ਜਿਹੜੀਆਂ ਮੈਂ ਸੁਣੀਆਂ ਠੀਕ ਤੇ ਉਹਨਾਂ ਦੇ ਤਾਂ ਸਾਨੂੰ ਨੇੜੇ ਵੀ ਨਹੀਂ ਜਾਣ ਦਿੱਤਾ ਠੀਕ ਤੇ ਇਹ ਜਿਹੜਾ ਸਾਨੂੰ ਹੱਸਦਾ ਹੋਇਆ ਮਿਲਿਆ ਹੱਸਦਾ ਹੀ ਰਿਹਾ ਮਖੌਲ ਕਰਦਾ ਹੁੰਦਾ ਸੀ ਜਦੋਂ ਆਉਣਾ ਵੀ ਇਹਨੇ ਮਖੌਲ ਪਿਆ ਹੋਵੇ ਅੱਜ ਕਿੰਨੇ ਆਉਣਾ ਇੱਧਰ ਹੈ ਹਾਂ ਮੈਂ ਤਾਂ ਆ ਗਿਆ ਇਹ ਤੇ ਕਹਿੰਦਾ ਵੀ ਹੁਣ ਖੇਡ ਉਨੀ ਕੁ ਹੁੰਦੀ ਹੈ ਮੁੜ ਕੇ ਕਿਤੇ ਬੇਹੋਸ਼ ਹੋ ਗਿਆ ਕਿਤੇ ਕੁਛ ਹੋ ਗਿਆ ਕਿਤੇ ਕੁਛ ਹੋ ਗਿਆ ਫਿਰ ਹੋਸ਼ ਚ ਆਇਆ ਕਹਿੰਦੇ ਉੱਥੇ ਹੁੰਦਾ ਵੀ ਉਹ ਹੋਸ਼ ਚ ਲੈ ਵੀ ਆਉਂਦੇ ਆ ਕੋਈ ਸਿਸਟਮ ਹੀ ਐਸਾ ਦੋਈਆਂ ਦੋਈਆਂ ਦਾ ਜਾਂ ਕੋਈ ਹੁੰਦਾ ਇਹ ਦੋ ਘਟਨਾਵਾਂ ਮੈਂ ਉਸ ਕਿਲੇ 'ਚ ਦੇਖੀਆਂ ਜੀ ਜੀ ਉਹ ਜਿਹੜੀ ਥਾਂ ਸੀ ਨਾ ਉਹ ਕਿਲੇ ਦੇ ਅੰਦਰ ਪੁਰਾਣੀ ਕੋਈ ਬਿਲਡਿੰਗ ਬਣੀਆਂ ਹੋਈਆਂ ਨੇ ਕੋਈ ਇਸਲਾਮ ਕਰਾਜ ਵੇਲੇ ਦੀਆਂ ਅੱਛਾ ਜੀ ਉਹ ਤਿੰਨ ਚਾਰ ਕਮਰੇ ਇਸ ਪਾਸੇ ਸੀ ਤਿੰਨ ਚਾਰ ਕਮਰੇ ਇਸ ਪਾਸੇ ਸੀ ਉਹਨਾਂ ਦੇ ਵਿਚਾਲੇ ਕੋਈ 6-7 ਫੁੱਟ ਦਾ ਕਹਿ ਲਓ 8 ਦਾ ਕਹਿ ਲਓ 6 ਦਾ ਕਹਿ ਲਓ ਇਹਨਾਂ ਅੰਦਾਜ਼ੇ ਨਾਲ ਅੱਛਾ ਇੰਨੀ ਗਲੀ ਜੀ ਅੱਛਾ ਅਤੇ ਉਹ ਅਗਲੇ ਪਾਸੇ ਵੀ ਲੋਹੇ ਦਾ ਗੇਟ ਲੱਗਾ ਹੋਇਆ ਸੀ ਅਤੇ ਉਹਦੇ 'ਤੇ ਉਹਨਾਂ ਨੇ ਕੰਬਲ ਤਾਣਿਆ ਹੋਇਆ ਸੀ ਜਿਹੜਾ ਇੱਧਰਲਾ ਸਾਈਡ ਸੀ ਇਹ ਖੋਲ੍ਹ ਕੇ ਅਤੇ ਬੰਦੇ ਨੂੰ ਅੰਦਰ ਵਾੜ ਕੇ ਅੰਦਰ ਜਾ ਕੇ ਫਿਰ ਅੰਦਰਲਾ ਕਮਰੇ ਵਾਲਾ ਦਰਵਾਜ਼ਾ ਬੰਦ ਕਰਕੇ ਠੀਕ ਅਤੇ ਉਹਨੂੰ ਜੰਦਰੇ ਲਾ ਕੇ ਫਿਰ ਬਾਹਰ ਲਾ ਕੇ ਉਹਦੇ 'ਤੇ ਉਹ ਕੰਬਲ ਜਿਹਾ ਸਿੱਟਿਆ ਦੇ ਅੰਦਰ ਹਨੇਰਾ ਹੀ ਹੁੰਦਾ ਸੀ ਅੱਛਾ ਅੰਦਰ ਕੁਛ ਨਹੀਂ ਸੀ ਪਤਾ ਲੱਗਦਾ ਅਤੇ ਮਗਰਲੇ ਪਾਸੇ ਉਹਨਾਂ ਦੇ ਨਾ ਛੋਟੇ ਛੋਟੇ ਰੋਸ਼ਨਦਾਨ ਐਡੇ ਐਡੇ ਬਹੁਤ ਉੱਚੀਆਂ ਛੱਤਾਂ ਸੀ ਛੋਟੇ ਛੋਟੇ ਰੋਸ਼ਨਦਾਨ ਲੱਗੇ ਸੀ ਉਹ ਰੋਸ਼ਨਦਾਨ ਵੀ ਦੀ ਮਾੜੀ ਜਿਹੀ ਧੁੱਪ ਅੰਦਰ ਆਉਂਦੀ ਸੀ ਅਤੇ ਪਤਾ ਲੱਗ ਜਾਂਦਾ ਸੀ ਵੀ ਦਿਨ ਚੜ੍ਹ ਗਿਆ ਹਾਂ ਅੱਛਾ ਅੱਛਾ ਮਤਲਬ ਓਨੀ ਕੁ ਰੋਸ਼ਨੀ ਜੀ ਅੰਦਰ ਓਨੀ ਰੋਸ਼ਨੀ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਦਿਨ ਚੜ੍ਹ ਚੁੱਕਾ ਅਤੇ ਇੱਕ ਕਦੇ ਕਦਾਈ ਮਤਲਬ ਕਿ ਕਿਸੇ ਨਮਾਜ਼ ਦੀ ਆਵਾਜ਼ ਉੱਥੇ ਆਉਂਦੀ ਹੁੰਦੀ ਸੀ ਹਾਂ ਲਾਗੇ ਮਸਜਿਦ ਸੀਗੀ ਹਾਂ ਕੋਈ ਮਸਜਿਦ ਲਾਗੇ ਬਣੇ ਜਾਂ ਕਿੱਦਾਂ ਇੱਦਾਂ ਹੋਊਗੀ ਕੋਈ ਮਤਲਬ ਉਹ ਸਵੇਰੇ ਸਵੇਰੇ ਨਾ ਜਦੋਂ ਕਈ ਮੁੜ ਕੇ ਦੁਪਹਿਰ ਦਾ ਰੌਲਾ ਪਾਏ ਨਹੀਂ ਪਤਾ ਲੱਗਦਾ ਸਵੇਰੇ ਸਵੇਰੇ ਕਈ ਵਾਰੀ ਮਤਲਬ ਟਿਕਾ ਦੇ ਵੇਲੇ ਉਹ ਨਮਾਜ਼ ਦੀ ਆਵਾਜ਼ ਆਉਂਦੀ ਸੀ ਅੱਛਾ ਭਾਈ ਸਾਹਿਬ ਉੱਥੇ ਜਦੋਂ ਤੁਹਾਨੂੰ ਉੱਥੇ ਖੜਿਆ ਹੋਊਗਾ ਨੈਚੁਰਲੀ ਅੱਖਾਂ ਬੱਤੀਆਂ ਹੋਣਗੀਆਂ ਕਵਰ ਕੀਤਾ ਹੋਊ ਤੁਹਾਨੂੰ ਅੰਦਾਜ਼ਾ ਕਦੋਂ ਹੋਇਆ ਕਿ ਮੈਂ ਲਾਲ ਕਿਲੇ 'ਚ ਹਾਂ ਕਿੱਦਾਂ ਪਤਾ ਲੱਗਾ ਦੇਖੋ ਜਦੋਂ ਮੈਨੂੰ ਇੱਥੋਂ ਫੜ ਕੇ ਲਗਾਏ ਸੰਗਰੂਰ ਠੀਕ ਮੈਂ ਸ਼ਾਇਦ ਅੱਗੇ ਜ਼ਿਕਰ ਕੀਤਾ ਕਿ ਨਹੀਂ ਕੀਤਾ ਪਰ ਮੈਂ ਦੁਬਾਰਾ ਕਰ ਦਿੰਦਾ ਹਾਂਜੀ ਇੱਕ ਜੋਗਿੰਦਰ ਸਿੰਘ ਖਹਿਰਾ ਨਾਂ ਦਾ DSP ਸੀ ਜੀ ਉਹ ਮੈਨੂੰ ਇੱਥੋਂ ਲੈ ਗਏ ਅੰਮ੍ਰਿਤਸਰ ਤੋਂ ਜੀ ਅਤੇ ਚਲੇ ਗਿਆ ਸੰਗਰੂਰ ਜੀ ਉਹ ਸੰਗਰੂਰ ਜੇਲ੍ਹ ਦੇ ਸਾਹਮਣੇ ਪਾਸੇ ਨਾ ਬਣੀ ਹੋਈ ਹੈ ਇਹਨਾਂ ਦੀ ਪੁਲਿਸ ਲਾਈਨ ਜੀ ਉਹਦੇ 'ਚ ਇੱਕ ਉਹਨਾਂ ਨੇ ਬਣੀ ਹੋਈ ਹੈ ਵਧੀਆ ਬਿਲਡਿੰਗ ਜੀ ਰਹਿਣ ਰਹਿਣ ਵਾਸਤੇ ਗੈਸਟ ਹਾਊਸ ਕਹਿ ਲਓ ਉਹਨਾਂ ਦਾ ਤੁਸੀਂ ਠੀਕ ਠੀਕ ਅਫਸਰ ਆਉਂਦੇ ਜਾਂਦੇ ਹੋਣਗੇ ਜੀ ਉਹਦੇ 'ਚੋਂ ਜਾ ਕੇ ਬੈਠਾ ਰਾਤ ਸਾਰੀ ਤੁਰੇ ਗਏ ਇਸ਼ਨਾਨ ਕੀਤਾ ਉਹਨੇ ਮੈਨੂੰ ਕਹਿੰਦਾ ਕੋਈ ਖਾਣਾ ਕੀ ਹੈ ਮੈਂ ਕਿਹਾ ਮੈਂ ਤਾਂ ਇਸ਼ਨਾਨ ਕਰਨ ਨੂੰ ਜੀ ਕਰਦਾ ਖੇਰਾ ਪਰਨਾ ਵਗੈਰਾ ਹੈਗੇ ਸੀ ਬੈਗ 'ਚ ਮੈਨੂੰ ਕਹਿੰਦਾ ਤੁਸੀਂ ਬਾਥਰੂਮ ਦੇ ਅੰਦਰ ਵਰ ਕੇ ਨਾਲੋ ਮੈਂ ਬਾਹਰ ਛਪਾਈਏ ਦੋ ਘਰ ਪੈਣੇ ਅਤੇ ਉਹ ਆਪ ਉੱਥੇ ਬੈਠ ਗਿਆ ਜਦੋਂ ਮੈਂ ਆਇਆ ਤਾਂ ਮੈਨੂੰ ਕਹਿੰਦਾ ਇੱਥੇ ਭੇਜ ਬਹਿ ਜਾਓ ਹੈ ਚਲੋ ਮੈਂ ਬੈਠ ਗਿਆ ਕੁਰਸੀ 'ਤੇ ਅਤੇ ਮੈਨੂੰ ਉਹਨੇ ਦੋ ਗੱਲਾਂ ਕਹੀਆਂ ਕਹਿੰਦਾ ਇੱਥੇ ਤਾਂ ਕੁਝ ਦਿਨ ਲਈ ਜਾਂਦਾ ਅੱਛਾ ਜਿਹੜੀ ਉਹਨੇ ਪਹਿਲਾਂ ਕਹੀ ਅੱਛਾ ਜੋ ਮੈਂ ਅੰਦਾਜ਼ਾ ਕਹਿੰਦਾ ਮੈਂ ਅੰਦਾਜ਼ਾ ਲਾਉਣਾ ਮੈਨੂੰ ਪਤਾ ਨਹੀਂ ਅੱਛਾ ਅਤੇ ਤੈਨੂੰ ਉਹਨਾਂ ਲੈ ਜਾਣਾ ਪਰ ਕਿੱਥੇ ਲਿਜਾਂਦੇ ਆ ਕੀ ਕਰਦੇ ਆ ਕੀ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਠੀਕ ਅਤੇ ਪਰ ਇੱਕ ਗੱਲ ਮੈਂ ਤੈਨੂੰ ਕਹਿਣੀ ਚਾਹੁੰਦਾ ਹੈ ਮੈਂ ਦੱਸੋ ਕਹਿੰਦਾ ਤੈਨੂੰ ਲੋਕ ਟਕਸਾਲ ਦਾ ਬੁਲਾਰਾ ਕਹਿੰਦੇ ਆ ਹਾਂ ਹਾਂ ਕਹਿੰਦਾ ਵੀ ਟਕਸਾਲ ਨੇ ਹਿਸਟਰੀ ਸਿਰਜ ਦਿੱਤੀ ਆ ਠੀਕ ਸ਼ਹਾਦਤਾਂ ਦੇ ਕੁਰਬਾਨੀਆਂ ਦੀ ਠੀਕ ਅਤੇ ਬਾਬਾ ਜਰਨੈਲ ਸਿੰਘ ਜਿਹੜਾ ਉਹਦਾ ਸਾਨੀ ਛੇਤੀ ਨਹੀਂ ਜੰਮਣਾ ਕੋਈ ਠੀਕ ਕਹਿੰਦਾ ਮਰਨੀ ਮਰ ਜਾਈ ਕੋਈ ਗੁਪਤ ਗੱਲ ਨਾ ਦੱਸੀ ਇਹਨਾਂ ਨੂੰ ਮੈਂ ਆਖਿਆ ਜੀ ਮੇਰੇ ਕੋਲ ਗੁਪਤ ਹੈ ਹੀ ਕੋਈ ਨਹੀਂ ਮੈਂ ਤਾਂ ਓਪਨਲੀ ਮਤਲਬ ਕਹਿਣ ਦਾ ਵੀ ਟਕਸਾਲ ਦਾ ਨਾਂ ਤੁਹਾਡੇ ਨਾਲ ਨਾ ਜੁੜਦਾ ਵੀ ਟਕਸਾਲ ਨਾ ਬਦਨਾਮ ਹੋ ਟਕਸਾਲ ਨੂੰ ਦਾਗ ਨਾ ਲੱਗਣ ਹਾਂ ਬੜੀ ਵੱਡੀ ਗੱਲ ਮਤਲਬ ਇਹ ਗੱਲ ਮੈਨੂੰ ਜੋਗਿੰਦਰ ਸਿੰਘ ਖਹਿਰੇ ਨਾਂ ਦੇ DSP ਨੇ ਕਹੀ ਮੈਨੂੰ ਮਤਲਬ ਉਹਦੀ ਗੱਲ ਜਿਹੜੀ ਹਮੇਸ਼ਾ ਹੀ ਯਾਦ ਰਹੀ ਵੀ ਸਾਰੇ ਬੰਦੇ ਕਦੇ ਮਾੜੇ ਨਹੀਂ ਹੁੰਦੇ ਠੀਕ ਮੈਨੂੰ ਕਹਿੰਦਾ ਮਰਨੀ ਮਰ ਜਾਈ ਠੀਕ ਪਰ ਟਕਸਾਲ ਦੇ ਦਾਗ ਨਾ ਲੱਗਣ ਦੇ ਟਕਸਾਲ ਦਾ ਨੇ ਐਡਾ ਵੱਡਾ ਇਤਿਹਾਸ ਸਿਰਜ ਦਿੱਤਾ ਕਿ ਜਿਹਦਾ ਸਾਨੀ ਲੱਭਣਾ ਔਖਾ ਹੋ ਜੂਗਾ ਬਿਲਕੁਲ ਠੀਕ ਇਹ ਗੱਲ ਮੈਨੂੰ ਉਹਨੇ ਕਹੀ ਠੀਕ ਚਲੋ ਇੱਥੋਂ ਨਾ ਮੁੜ ਕੇ ਜਦੋਂ ਮੈਨੂੰ ਲੈ ਕੇ ਗਏ ਅਤੇ ਹੈਲੀਕਾਪਟਰ 'ਤੇ ਲੈ ਕੇ ਗਏ ਮੇਰੀਆਂ ਅੱਖਾਂ ਇੱਥੇ ਬੰਨ ਦਿੱਤੀਆਂ ਉਹਨਾਂ ਨੇ ਠੀਕ ਮਤਲਬ ਬਾਹਰ ਨਿਕਲਦੇ ਅੱਖਾਂ ਦੇ ਉੱਤੇ ਨਾ ਉਹ ਪੱਟੀ ਜੀ ਉਹਨਾਂ ਨੇ ਮੋਟੀ ਸਾਰੀ ਇੱਕ ਲੱਕ ਉਹਦੇ ਵਿੱਚ ਰੂੰ ਜੀ ਪਾਈ ਹੁੰਦੀ ਸੀ ਉਹ ਬਿਲਕੁਲ ਹੁੰਦੀ ਸੀ ਅਤੇ ਉਹਦੇ ਨਾਲ ਕੁਛ ਵੀ ਨਹੀਂ ਦੇਖਦਾ ਮਾੜਾ ਮੁੜ ਜਾਈਏ ਮੈਂ ਸੂਝ ਹੀ ਹੁੰਦੀ ਹੈ ਬਸ ਵੀ ਤੁਰੇ ਜਾ ਰਹੇ ਜਾਂ ਕੁਛ ਵੀ ਤਾਂ ਉਹਨਾਂ ਹੈਲੀਕਾਪਟਰ 'ਚ ਚੜਾਤਾ ਅਤੇ ਹੈਲੀਕਾਪਟਰ 'ਚ ਉੱਥੇ ਦਿੱਲੀ ਲੈ ਗਏ ਜੀ ਉਦੋਂ ਮੈਨੂੰ ਨਹੀਂ ਸੀ ਪਤਾ ਦਿੱਲੀ ਮੈਨੂੰ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਜੰਮੂ ਲੈ ਕੇ ਜਾ ਰਹੇ ਹਾਂ ਜਾਂ ਅਸੀਂ ਬਾਰਡਰ 'ਤੇ ਲੈ ਕੇ ਜਾ ਰਹੇ ਹਾਂ ਅੱਛਾ ਜੀ ਹੈਂ ਬਾਰਡਰ 'ਤੇ ਅਸੀਂ ਜਹਾਜ਼ ਸਿੱਟ ਦੇਣਾ ਪੁੱਠਾ ਕਰਕੇ ਅੱਛਾ ਅੱਛਾ ਮਤਲਬ ਡਰਾਉਂਦੇ ਰਹੇ ਦਬਕੇ ਹਾਂ ਅੱਖਾਂ ਤੇਰੀਆਂ ਬੰਨ ਦਿੱਤੀਆਂ ਅਸੀਂ ਤਾਂ ਛਾਲਾਂ ਸਾਡੇ ਤਾਂ ਹੈਗੀਆਂ ਨੇ ਉਹ ਪੈਰਾਸ਼ੂਟ ਅਸੀਂ ਤਾਂ ਨਿਕਲ ਜਾਣਾ ਛਤਰੀਆਂ ਨਾਲ ਹਾਂਜੀ ਤੈਨੂੰ ਤੈਨੂੰ ਅਸੀਂ ਤੇਰਾ ਜਹਾਜ਼ ਇੱਥੇ ਕ੍ਰੈਸ਼ ਕਰਨਾ ਵੀ ਪਾਕਿਸਤਾਨ ਵਾਲਿਆਂ ਨੇ ਉਹ ਕੀਤਾ ਕੀਤਾ ਠੀਕ ਮੈਂ ਕੀ ਬੋਲਣਾ ਸੀ ਮੈਂ ਚੁੱਪ ਕੀਤਾ ਰਿਹਾ ਠੀਕ ਹੱਥ ਨੂੰ ਮੇਰੇ ਹੱਥ ਖੜੀ ਲਾਈ ਸੀ ਨਾਲ ਉਹਨਾਂ ਨੇ ਬੰਨ ਦਿੱਤੀ ਇੱਕ ਥਾਂ 'ਤੇ ਚਲੋ ਮੈਂ ਉੱਥੇ ਬੈਠਾ ਉਹ
ਲੈ ਗਏ ਦਿੱਲੀ ਲੈ ਗਏ ਦਿੱਲੀ ਉੱਥੋਂ ਕੱਢ ਕੇ ਤੇ ਮੈਨੂੰ ਕਾਰ 'ਚ ਪਾਇਆ ਠੀਕ ਜਦੋਂ ਕਾਰ 'ਚ ਪਾਇਆ ਤਾਂ ਮੈਂ ਕਿਹਾ ਬਾਰਡਰ 'ਤੇ ਲਿਜਾਣਾ ਅਤੇ ਕਾਰ ਦੇ ਵਿੱਚ ਲਿਜਾਣਾ ਜਾਂ ਤਾਂ ਟੁੱਟੀ ਭੱਜੀ ਜੀਪ 'ਚ ਲਿਜਾਂਦੇ ਅਤੇ ਮੇਰਾ ਸ਼ੈਤਾਨ ਦਿਮਾਗ ਜਿਹੜਾ ਵੀ ਟੁੱਟੇ ਭੱਜੇ ਰਸਤਿਆਂ 'ਤੇ ਗੱਲ ਕੁਝ ਹੋਰ ਹੋਣੀ ਸੀ ਹੋਰ ਹੁੰਦੀ ਵੀ ਸੜਕਾਂ ਠੁੱਕਾਂ ਠੀਕ ਠਾਕ ਜਿਹੀਆਂ ਲੱਗਦੀਆਂ ਨੇ ਹਾਂਜੀ ਮਤਲਬ ਵੀ ਇਹ ਤਾਂ ਸਮੂਥਲੀ ਚੱਲਣ ਡਈ ਹੈ ਕਾਰ ਹਾਂ ਮੈਂ ਅੰਦਾਜ਼ਾ ਲਾ ਲਿਆ ਵੀ ਕਿਸੇ ਹੋਰ ਸ਼ਹਿਰ 'ਚ ਆ ਹਾਂਜੀ ਦਿੱਲੀ ਭਰੇ ਨਹੀਂ ਜਾਣਕਾਰੀ ਅੱਛਾ ਮੈਂ ਸਮਝਦੇ ਚੰਡੀਗੜ੍ਹ ਲਿਆਉਂਦੇ ਹੋਣਾ ਜਾਂ ਇੱਧਰ ਉੱਧਰ ਲੈ ਕੇ ਗਏ ਹੋਣੇ ਆ ਠੀਕ ਅਤੇ ਉਹ ਚਲੋ ਉੱਥੇ ਕਾਫੀ ਸਮਾਂ ਲੰਘ ਗਿਆ ਅਤੇ ਪੁੱਛ ਗਿੱਛ ਦੇ ਵਿੱਚ ਇੱਕ ਦਿਨ ਆਇਆ ਵੀ ਇੰਦਰਾ ਦੇ ਗਾਂਧੀ ਬਾਰੇ ਮੈਨੂੰ ਉਹਨਾਂ ਸਵਾਲ ਕੀਤੇ ਸਵਾਲ ਇੱਦਾਂ ਸੀ ਵੀ ਇੱਕ ਵੱਡਾ ਮੇਜ ਸੀ ਮੇਜ ਦੇ ਸਾਹਮਣੇ ਇੱਕ ਤਿੰਨ ਚਾਰ ਬੰਦੇ ਤਿੰਨ ਸਾਹਮਣੇ ਅਤੇ ਦੋ ਸਾਈਡਾਂ ਦੇ ਪੰਜ ਬੰਦੇ ਅਤੇ ਮੂਹਰਲੇ ਪਾਸੇ ਕੁਰਸੀ ਲੱਗੀ ਸੀ ਟੁੱਟੀ ਜੀ ਟੁੱਟੀ ਉਹਨਾਂ ਦੇ ਹਿਸਾਬ ਨਾਲ ਦੂਜੀਆਂ ਦੇ ਹਿਸਾਬ ਨਾਲ ਟੁੱਟੀ ਹੋਦਾਂ ਫਿਰ ਕੁਰਸੀ ਠੀਕ ਸੀ ਅੱਛਾ ਜੀ ਅਤੇ ਉਹਦੇ 'ਤੇ ਬਿਠਾਲ ਦੇਣਾ ਆਪਾਂ ਅੱਖਾਂ ਵਧੀਆਂ ਵਧਾਈਆਂ ਅਤੇ ਮਗਰਲੇ ਪਾਸੇ ਇੱਕ ਜਣੇ ਨੇ ਉਹ ਫੜ ਕੇ ਸੰਗਲੀ ਜੀ 'ਤੇ ਖੜ੍ਹੇ ਰਹਿਣਾ ਜਾਂ ਕਈ ਵਾਰੀ ਉਹ ਕੁਰਸੀ ਦੇ ਨਾਲ ਬੰਨ ਦੇਣੀ ਅਤੇ ਉਹ ਉਹਨਾਂ ਪੁੱਛ ਗਿੱਛ ਕਰੀ ਜਾਣੀ ਜਿਉਂ ਜੰਮਿਆ ਕਿੱਥੇ ਸੀ ਅਤੇ ਪਿਓ ਕਿੱਥੋਂ ਦਾ ਸੀ ਅਤੇ ਨਾਨੇ ਦਾਦਕੇ ਕਿੱਥੋਂ ਦੇ ਸੀ ਇੱਥੋਂ ਆਰੰਭ ਕਰਨੀ ਅਤੇ ਉਸ ਦਿਨ ਤੱਕ ਹਿਸਟਰੀ ਲੈ ਕੇ ਜਾਣੀ ਅਗਲੇ ਆਉਣੇ ਤਿੰਨ ਘੰਟੇ ਬਾਅਦ ਵਾਸਤੇ ਉਹਨਾਂ ਨੂੰ ਉੱਥੇ ਆਰੰਭ ਕਰ ਲੈਣੀ ਅਤੇ ਉੱਥੇ ਇਹੀ ਕੰਮ ਚੱਲਦਾ ਰਿਹਾ ਇਹਨੇ ਮਤਲਬ ਵੱਖ ਵੱਖ ਏਜੰਸੀਆਂ ਇਹ ਗੱਲ ਕਿਉਂਕਿ ਅਸੀਂ ਵੀ ਇਸ ਦੌਰ 'ਚੋਂ ਗੁਜ਼ਰੇ ਹਾਂ ਉਹ ਸਮਝਦੇ ਨੇ ਵੀ ਸ਼ਾਇਦ ਕਿਤੇ ਨਾ ਕਿਤੇ ਕੋਈ ਝੂਠ ਸੱਚ ਸਾਹਮਣੇ ਆਵੇ ਵੀ ਪਹਿਲੇ ਬੰਦੇ ਦੇ ਵੀ ਬਿਆਨ ਦੂਜੇ ਦੇ ਵੀ ਤੀਜੇ ਦੇ ਵੀ ਚੌਥੇ ਦੇ ਵੀ ਇਹ ਤਾਂ ਸੇਮ ਹਿਸਟਰੀ ਆ ਕਿ ਜਾਂ ਵਿੱਚ ਕੋਈ ਫਰਕ ਪਿਆ ਇਹ ਕਾਰਨ ਹੁੰਦਾ ਸ਼ਾਇਦ ਇੱਕ ਤਾਂ ਇਹ ਹੁੰਦਾ ਇੱਕ ਉਦੋਂ ਬਾਅਦ ਵੀ ਤੂੰ ਜਦੋਂ ਆਇਆ ਉਦੋਂ ਕੀ ਹੋਇਆ ਫਲਾਣਾ ਹੋਇਆ ਢੀਂਗੜਾ ਉਹ ਕਿਹੜੇ ਕਿਹੜੇ ਬੰਦੇ ਟਕਸਾਲ 'ਚ ਧਰਨਾ ਪੜੇ ਫਲਾਏ ਦੂਜੇ ਤੀਜੇ ਉਹ ਅਸੀਂ ਵੀ ਹੋਰ ਜਿਹੜੇ ਰਾਗੀ ਹੋਣੇ ਗਿਆਨੀ ਹੋਣੇ ਜਾਂ ਉਹ ਜੇ ਕੋਈ ਬੁੱਢੇ ਬੁਢੇਰੇ ਹੋਣੇ ਉਹਨਾਂ ਦਾ ਨਾਂ ਲੈ ਜਾਣਾ ਫਲਾਣੇ ਬੁੱਢੇ ਮਤਲਬ ਜਾਣੀ ਕਿ ਇੰਨਾ ਕੁ ਸਾਨੂੰ ਸੰਤਾਂ ਦੇ ਨਾਲ ਰਹਿ ਗਏ ਕਿ ਬਾਅਦ 'ਚ ਥੋੜ੍ਹੀ ਜਾਣਕਾਰੀ ਸੀ ਠੀਕ ਚਲੋ ਨਾਲੇ ਆਪਣੇ ਕੋਲ ਕੁਝ ਇਹੋ ਜਿਹਾ ਹੈ ਨਹੀਂ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਮੈਂ ਹਥਿਆਰ ਚੱਕ ਕੇ ਨਹੀਂ ਲੜਿਆ ਠੀਕ ਠੀਕ ਮੈਂ ਵਿਚਾਰਾਂ ਦੀ ਲੜਾਈ ਜ਼ਰੂਰ ਲੜੀ ਹੈ ਠੀਕ ਮੈਂ ਮਤਲਬ ਕਿ ਪ੍ਰਚਾਰ ਦੀ ਲੜਾਈ ਵੀ ਲੜੀ ਅੰਮ੍ਰਿਤ ਸੰਚਾਰ ਦੀ ਡਿਊਟੀ ਸੰਤਾਂ ਦੇ ਰਹੀ ਮੈਂ ਉਹ ਜਿਹੜੀ ਡਿਊਟੀ ਕੀਤੀ ਮੈਂ ਉਹੀ ਮੰਨਿਆ ਠੀਕ ਕਿਉਂਕਿ ਮੇਰੀ ਮੈਂ ਇਹਨਾਂ ਨੂੰ ਇਹ ਗੱਲ ਕਹਿਤੀ ਮੈਂ ਇਹ ਤੁਸੀਂ ਮੇਰੇ ਨੂੰ ਛੱਡ ਕੇ ਕਿਸੇ ਹੋਰ ਨੂੰ ਪੁੱਛ ਸਕਦੇ ਹੋ ਠੀਕ ਗੱਲ ਹਾਂਜੀ ਮੇਰੀ ਹਿਸਟਰੀ ਜਿਹੜੀ ਉਹ ਇਸ ਕਿਸਮ ਦੀ ਹੈ ਠੀਕ ਠੀਕ ਅਤੇ ਚਲੋ ਉਹਨਾਂ ਨੇ ਆਪਣੇ ਤੌਰ 'ਤੇ ਵੀ ਕੋਈ ਜਾਣਕਾਰੀ ਇਕੱਠੀ ਕੀਤੀ ਹੋਊਗੀ ਜਾਂ ਕੀ ਹੋਇਆ ਹਾਂ ਉਸ ਵਕਤ ਜੋ ਜਿੱਡਾ ਵੱਡਾ ਤੁਹਾਡਾ ਨਾਮ ਸੀ ਔਰ ਜਿਸ ਲੈਵਲ ਦੀ ਤੁਸੀਂ ਪੂਰੀ ਭਰ ਜਵਾਨੀ 'ਚ ਸੀ ਅਤੇ ਨੈਚੁਰਲੀ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੋਊ ਵੀ ਹਥਿਆਰਬੰਦ ਸੰਘਰਸ਼ ਨਾਲ ਤੁਹਾਡਾ ਕੋਈ ਨਾ ਕੋਈ ਤਾਲੁਕ ਜ਼ਰੂਰ ਹੋਏਗਾ ਦੇਖੋ ਇਹ ਸੋਚਦੇ ਸੀ ਕਿ ਸੰਜ ਰਾਜਸ ਨਾਲ ਤਾਂ ਇਹਨਾਂ ਦਾ ਸੰਬੰਧ ਹੈ ਨੇ ਹਾਂਜੀ ਹਥਿਆਰਬੰਦ ਲੜਾਈ ਹੈ ਹਾਂਜੀ ਅੱਛਾ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਦੇ ਨਾਲ ਵੀ ਰਿਲੇਸ਼ਨ ਸਨ ਜਿਹੜੇ ਸ਼ਹੀਦ ਹੋ ਗਏ ਦੂਜੇ ਤੀਜੇ ਅਤੇ ਕਿਤੇ ਨਾ ਕਿਤੇ ਕੋਈ ਲੈਣ ਦੇਣ ਦੂਜਾ ਤੀਜਾ ਆਇਆ ਹੋਊਗਾ ਜੀ ਮੇਰੀ ਉੱਥੇ ਇੱਕ ਸਹਾਇਤਾ ਹੋ ਗਈ ਜੀ ਇੱਕ ਉੱਥੇ ਨਾ ਭਾਈ ਸੁਜਾਨ ਸਿੰਘ ਦੀ ਲਿਖੀ ਹੋਈ ਡਾਇਰੀ ਸੀ ਉਹਨਾਂ ਦੇ ਕੋਲ ਉਹ 84 'ਚ ਕਾਬੂ ਉਹਨਾਂ ਦੇ ਆਈ ਕਿਤੇ ਅੱਛਾ ਜੀ ਉਹ ਡਾਇਰੀ ਚੱਕੀ ਫਿਰ ਅੱਛਾ ਜੀ ਮਤਲਬ ਉਹਨਾਂ ਕੋਲ ਡਾਇਰੀ ਸੀ ਉਹਦੇ 'ਚ ਮੇਰਾ ਨਾਂ ਲਿਖਿਆ ਸੀ ਜੀ ਉਹ ਸੁਜਾਨ ਸਿੰਘ ਦੇ ਹੱਥਾਂ ਲਿਖਿਆ ਵੀ ਮੋਹਕਮ ਸਿੰਘ ਨੂੰ 303 ਦੀ ਇੱਕ ਰਫਲ ਦਿੱਤੀ ਅਤੇ ਜਦੋਂ ਮੈਨੂੰ ਸੰਤਾਂ ਨੂੰ ਆ ਕੇ ਸੁਣਾਇਆ ਜੀ ਫਲਾਣੇ ਫਲਾਣੇ ਬੰਦੇ ਨੂੰ ਰਫਲਾਂ ਦਿੱਤੀਆਂ 84 ਤੋਂ ਪਹਿਲਾਂ ਦੀ ਗੱਲ ਆ 83 ਜੀ ਦੇ ਏਡ ਗੇੜ ਅਤੇ ਸੰਤਾਂ ਨੂੰ ਮੈਂ ਦੱਸਿਆ ਤਾਂ ਸੰਤਾਂ ਨੇ ਕਿਹਾ ਮੋਹਕਮ ਸਿੰਘ ਕਿਹਨੂੰ ਪੁੱਛ ਕੇ ਦਿੱਤੀ ਹੋਇਆ ਜਾਂ ਹੁਣੇ ਲੈ ਕੇ ਆ ਵਾਪਸ ਅੱਛਾ ਉਹ ਕਹਿੰਦਾ ਮੈਂ ਸੰਤਾਂ ਦੇ ਹੁਕਮ ਦੇ ਉੱਤੇ ਫੌਰੀ ਤੌਰ 'ਤੇ ਸੁਨੇਹਾ ਭੇਜਿਆ ਵੀ ਵਾਪਸ ਮੇਰੇ ਕੋਲ ਆ ਅਤੇ ਮੈਨੂੰ ਉਹ ਥੋੜ੍ਹੇ ਮਿੰਟ ਘੰਟੇ ਦੇ ਵਿੱਚ ਮੈਨੂੰ ਵਾਪਸ ਕਰ ਗਿਆ ਮਤਲਬ ਉਹਦੇ 'ਚ ਮੇਰਾ ਜ਼ਿਕਰ ਜਿਹੜਾ ਸੀ ਨਾ ਕਿ ਹਥਿਆਰ ਦਿੱਤਾ ਮੈਂ ਆਪਣੇ ਤੌਰ 'ਤੇ ਹਾਂ ਉਹਨੇ ਸਾਰਿਆਂ ਸਿੰਘਾਂ ਦੇ ਰਜਿਸਟਰ ਦਿੱਤੀ ਸੀ ਫਲਾਣੇ ਦੇ ਕੋਲ ਆਹ ਹਥਿਆਰ ਹੈ ਫਲਾਣੇ ਕੋਲ ਆਹ ਫਲਾਣੇ ਕੋਲ ਆਹ ਫਲਾਣੇ ਉਹਦੀ ਰਜਿਸਟਰੀ ਦੇ ਵਿੱਚ ਉਹ ਕਿਉਂ ਸੰਤਾਂ ਦੀ ਉਹਦੀ ਡਿਊਟੀ ਲਾਈ ਹੁੰਦੀ ਸੀ ਵੀ ਕਿੰਨੇ ਰੌਂਦ ਕਿਹਦੇ ਕੋਲ ਹਥਿਆਰ ਕਿਹਦੇ ਕੋਲ ਫਲਾਣ ਡਿੰਗੜਾ ਸੁਜਾਨ ਸਿੰਘ ਦੀ ਡਿਊਟੀ ਹੁੰਦੀ ਸੀ ਮਨਾਵੇਂ ਦਾ ਹੁੰਦਾ ਸੀ ਠੀਕ ਸਤਨਾਮ ਸਿੰਘ ਨਾਵੇਂ ਦਾ ਚਾਚਾ ਸੀ ਠੀਕ ਡਿਊਟੀਆਂ ਵੰਡੀ ਹੁੰਦੀਆਂ ਵੱਖ ਵੱਖਰੀਆਂ ਉਹਦੇ 'ਚ ਕਿਹਾ ਵੀ ਮੈਂ ਉਹਨੂੰ ਫੜਾਇਆ ਅਤੇ ਥੋੜ੍ਹੇ ਚਿਰ ਵਿੱਚ ਹੀ ਮਤਲਬ ਸੰਤਾਂ ਨੂੰ ਜਦੋਂ ਮੈਂ ਲਿਸਟ ਸੁਣਾਤੀ ਜੀ ਇਹਨਾਂ ਇਹਨਾਂ ਦਿਨ ਦਿਨ ਆ ਦੇ ਤਾਂ ਸੰਤਾਂ ਕਿਹਾ ਇਹਨੂੰ ਕਿਹਨੂੰ ਪੁੱਛ ਕੇ ਦਿੱਤੀ ਤੂੰ ਕਹਿੰਦੇ ਇਹਦੀ ਡਿਊਟੀ ਜਿਹੜੀ ਲੱਗੀ ਹੈ ਇਹਨੇ ਉਹ ਡਿਊਟੀ ਕਰਨੀ ਆਪਣੀ ਹੁਣੇ ਵਾਪਸ ਲਿਆ ਹੁਣੇ ਹਾਂਜੀ ਕਹਿੰਦਾ ਮੈਂ ਉਸ ਵੇਲੇ ਬਾਹਰ ਨਿਕਲਦਿਆਂ ਹੀ ਕਿਸੇ ਦਾ ਉਹਨੇ ਸਿੰਘ ਭੇਜਿਆ ਕਿ ਵੀ ਜਾ ਉਹਨੂੰ ਬੁਲਾ ਕੇ ਲਿਆ ਹੁਣੇ ਠੀਕ ਅਤੇ ਕਹਿੰਦਾ ਥੋੜ੍ਹੇ ਚਿਰ 'ਚ ਜੋ ਮੇਰੇ ਕੋਲ ਆ ਗਿਆ ਤਾਂ ਮੈਂ ਕਿਹਾ ਜਿਹੜਾ ਹਥਿਆਰ ਤੇਰੇ ਕੋਲ ਨਾ ਛੇਤੀ ਫੜਾ ਜਾ ਮੈਨੂੰ .303 ਦੀ ਉਹ ਜਿਹੜਾ ਅੱਖਰ ਲਿਖੇ ਹੋਏ ਸੀ ਨਾ ਵਿੱਚ ਹਾਂਜੀ ਉਹ ਮੇਰੀ ਬੜੀ ਸਹਾਇਤਾ ਕਰਕੇ ਅੱਛਾ ਮੈਨੂੰ ਕਹਿੰਦੇ ਆਹ ਲਿਖਿਆ ਵਿੱਚ ਅਤੇ ਮੈਂ ਕਿਹਾ ਬੀਬੀ ਲਿਖਿਆ ਹੋਇਆ ਨਾ ਵੀ ਉਹ ਨਾ ਫੜਾਇਆ ਮੈਂ ਫੜ ਲਿਆ ਅਤੇ ਜਦੋਂ ਸੰਤਾਂ ਨੇ ਕਿਹਾ ਵੀ ਉਹਨੂੰ ਨਹੀਂ ਹਥਿਆਰ ਦੇਣਾ ਅਤੇ ਮੈਂ ਵਾਪਸ ਕਰਤਾ ਅਤੇ ਤੁਸੀਂ ਇਹ ਦੱਸਦਾ ਵੀ ਉੱਥੇ ਹੀ ਤਾਂ ਮੈਂ ਹਾਂ ਜੇ ਉੱਥੇ ਉਹ ਮਤਲਬ ਕਿ ਜੇ ਸੰਤ ਲਾ ਦਿੰਦੇ ਡਿਊਟੀ ਤਾਂ ਅਸੀਂ ਵੀ ਕਰ ਲੈਂਦੇ ਸਾਡੀ ਸੰਤਾਂ ਡਿਊਟੀ ਨਹੀਂ ਲਾਈ ਇਹ ਕੰਮ ਦੀ ਅਸੀਂ ਨਹੀਂ ਕੀਤਾ ਕੰਮ ਜਾਣੀ ਕਿ ਮੈਨੂੰ ਉਹ ਚੀਜ਼ ਤੋਂ ਇਸ ਚੀਜ਼ ਕਰਕੇ ਥੋੜ੍ਹਾ ਜਿਹਾ
मतलब हथियारों वाली लड़ाई 84 तक तो मेरे वो मतलब अलग करता उन्होंने। ठीक ठीक ठीक। तो बाद जी लड़ाई से उन्हें भी उनका मेरा जिक्र किसी भी इंटरव्यू में नहीं आया, जो कई बंदे फड़े जाते हैं पुछगिछ होंगी है, कुटमार होंगी है, तू कि तो हथियार लिया कि दिता की होया कि नहीं होया कौन, वो उन्हें जिक्र मेरा नहीं आया कितने भी जिक्र। मेरा जिक्र जो आता है तो वह यह आता है उन्हें मिले उत्थे लंगर पानी छकिया, असी गलबात की, उन्होंने पूछा भी फलाना बंदा कित्थे आ, फलाना मिलिया सी फलाना नहीं मिलिया सी जी। उहदे तों ही इहो जी जानकारी जां इहो जिहा उहदे 'च इक थां लिखिया सी सरबजीत सिंह जम्मू नाँ दा बंदा जम्मू तों आया जी, उहदी पुछगिछ उहने कहा भी जदों मैं मैथे गया ते मैं बाबे ठाकुर सिंह नूं मिलिया ते उत्थे मैनूं भाई मोहकम सिंह मिले ते इक अद्धे होर सिंह दा नाम सी, इह मैनूं उत्थे मिले सरबजीत सिंह जम्मू फैडरेशन नाल संबंध। हाँ ये फड़िया ही फैडरेशन वाला उत्थे इहदी इंटरव्यू 'च मेरा नाम आया। मैं कहा भी आया होना मैं तां चेता नहीं है, पर हो सकता आया हो फेडरेशन वाले तो तकरीबन ही सानू मिलते रहेंगे सन। ठीक ठीक। तो सारे पंजाब के भी मिलते बाहर भी मिल, वो भी मिल गए होने आगे। हाँ जी। तो तुम चेता मैं इदा नहीं मैं सियाण सकता भी कि बंदा ठीक सामने आए तो हो सकता भी मैं वेख ला भी वाकई कि मिलया ही मिले, मैंने इदा हूँ की पता लगता भी। ठीक है। बड़ी वीडी संस्था फेडरेशन वाले की। हाँ जी। तो यानी कि उस चीज़ तो मेरा मतलब ते पर उन्हां कोल कोई लड़ी नहीं सी भी मैनू फड़न ते रखण कादे विच। फिर उन्हां सरबजीत दे बयानां दे विच ही मेरी अरैसट जिहड़ी सी पाली भी वह इहनू मिलिया सी आ गए। ठीक ठीक। जम्मू कश्मीर दे ते उसे करके मैनू फिर बाद च जम्मू लै गए 57 दिनां बाद। अच्छा जी। नहीं मैं ये गल क्लीयर नहीं हुई भी तुहानू पता किवें लग गया भी मैं लाल किले च। लाल किले च इदां सी वो एक दिन नम लै के सवाल करदे करदे मेरी अखां ते पट्टी बद्धी। हाँ जी। पट्टी बन्न के रखदे सी। हाँ जी। वो गोगड़ा जहा बनया रूम जी का मोटा हर तो ऐ करके पा देना इतों लैके इतों तक वो बंद जहा कर देंगे। हाँ जी। सह आई जाता ही नक थोड़ा करके तो वह मतलब इदा का सी जा माड़ा मोट बंदा माड़ा मोट धरती धुरती देख लगा। हाँ ठीक ठीक। तो वह मैनू कहें है इंदिरा के कतल बारे, इंदिरा कतल करके जे किया वो किया फलान ठीक है। मैं क्या उन्हें मरना ही सी। हाँ जी। ਮੈਂ ਕਿਹਾ ਉਹਨੇ ਦਰਬਾਰ ਸਾਹਿਬ ਢਾਇਆ ਸੀ ਇਹ 1986 ਦੀ ਸਾਰੀ ਘਟਨਾ ਤੁਸੀਂ ਦੱਸ ਰਹੇ। ਮੈਂ ਕਿਹਾ ਵੀ 84 ਚ ਇੰਦਰਾ ਕਤਲ ਹੋ ਜਾਂਦੀ ਹੈ 86 ਤੱਕ ਅਜੇ ਪੁੱਛਗਿਛ ਜਾਰੀ ਆ। ਹਾਂ ਮੈਂ ਮੈਨੂੰ ਕਹਿੰਦੇ ਕਿਉਂ ਮਾਰਿਆ ਉਹ ਬਜ਼ੁਰਗ ਹੈਗੀ ਸੀ ਪ੍ਰਧਾਨ ਮੰਤਰੀ ਫਲਾਣਾ ਢੀਂਗੜਾ ਮੈਨੂੰ ਨਾ ਜਦੋਂ ਉਹਨੇ ਗੱਲ ਕਹੀ ਜਜ਼ਬਾਤ ਜਵਾਨੀ ਅਤੇ ਜਜ਼ਬਾਤ ਇੱਕ ਵੱਖਰੀ ਚੀਜ਼ ਹੁੰਦੀ। ਹਾਂਜੀ ਹਾਂਜੀ। ਮੈਂ ਕਿਹਾ ਉਹਨੇ ਮਰਨਾ ਹੀ ਮਰਨਾ ਸੀ। ਹਾਂਜੀ। ਉਹ ਤਾਂ ਮਰ ਗਈ ਉਹ ਤਾਂ ਸਤਵੰਤ ਸਿੰਘ ਬਿਆਂਸੇ ਨੇ ਕਿਉਂ ਮਾਰੀ ਮੈਨੂੰ ਗੁੱਸਾ ਆਈ ਜਾਂਦਾ ਉਹਨਾਂ ਦੋਵਾਂ 'ਤੇ ਕਹਿੰਦੇ ਕਿਉਂ। ਹਾਂਜੀ। ਮੈਂ ਕਿਹਾ ਮੈਂ ਤਾਂ ਰੋਜ਼ ਰਾਤ ਸੁਪਨੇ 'ਚ ਉਹਨੂੰ ਮਾਰਦਾ ਹਾਂ ਗੱਲ ਘੁੱਟ ਕੇ, ਮੈਂ ਰੋਜ਼ ਉਹਦਾ ਗੱਲ ਘੁੱਟਦਾ ਨਾ ਇੰਨਾ ਗੁੱਸਾ ਮੈਨੂੰ ਉਹਦੇ 'ਤੇ ਆਉਂਦਾ ਸੀ ਵੀ ਉਹਨੇ ਸਾਡਾ ਦਰਬਾਰ ਸਾਹਿਬ ਢਾਇਆ। ਜਦੋਂ ਆਹ ਗੱਲ ਮਤਲਬ ਮੇਰੇ ਮੂੰਹੋਂ ਨਿਕਲੀ ਨਾ ਤਾਂ ਉਹ ਮਤਲਬ ਉਹਨਾਂ ਉਹ ਬੋਲਦੇ ਕਹਿੰਦੇ ਜੇ ਕਿਤੇ ਤੂੰ ਚਾਂਦਨੀ ਚੌਂਕ 'ਚ ਖੜ ਕੇ ਗੱਲ ਕਹੀ ਹੁੰਦੀ ਨਾ ਇੱਦਾਂ ਕਰਕੇ ਤਾਂ ਤੇਰੀ ਬੋਟੀ ਬੋਟੀ ਲੈ ਜਾਂਦੇ ਤੋੜ ਕੇ ਲੋਕ ਹੈ। ਅੱਛਾ। ਉਹ ਮੈਨੂੰ ਮਤਲਬ ਕਿ ਇਹ ਗੱਲ ਦਿਮਾਗ ਨੇ ਜਿਵੇਂ ਸ਼ੈਤਾਨ ਦਿਮਾਗ ਜਦੋਂ ਮੈਨੂੰ ਕਮਰੇ ਛੱਡ ਗਏ ਮੈਂ ਕਿਹਾ ਇਹਦਾ ਮਤਲਬ ਕਿ ਚਾਂਦਨੀ ਚੌਂਕ ਦਾ ਜ਼ਿਕਰ ਹੈ ਅਤੇ ਤੂੰ ਤਾਂ ਭਰਾ ਲਾਲ ਕਿਲੇ 'ਚ ਤੂੰ ਦਿੱਲੀ ਵਿੱਚ ਲਾਲ ਕਿਲਾ ਨਹੀਂ ਤੂੰ ਦਿੱਲੀ 'ਚ ਦਿੱਲੀ 'ਚ ਦਿੱਲੀ। ਹਾਂ ਉਹ ਤਾਂ ਕਲੀਅਰ ਹੋ ਗਿਆ ਵੀ ਦਿੱਲੀ 'ਚ ਦਿੱਲੀ 'ਚ ਆ ਤੂੰ ਚਾਂਦਨੀ ਚੌਂਕ ਦਾ ਜ਼ਿਕਰ ਹੋਰ ਕਿੱਥੇ ਹੋਣਾ ਸੀ। ਹਾਂਜੀ ਹਾਂਜੀ। ਕਹਿੰਦਾ ਜੇ ਕਿਤੇ ਚਾਂਦਨੀ ਚੌਂਕ ਦੇ ਲਾਗੇ ਤੂੰ ਖੜ ਕੇ ਗੱਲ ਕਹਿੰਦੀ ਲੋਕ ਤੇਰੀਆਂ ਬੋਟੀਆਂ ਤੋੜ ਕੇ ਲੈ ਜਾਂਦੇ। ਠੀਕ ਠੀਕ ਠੀਕ। ਹਾਲਾਤ ਹੀ ਉਦੋਂ ਇਹਦਾ ਦੇ। ਹਾਂਜੀ ਹਾਂਜੀ। ਉਹ ਜੇ ਚਾਂਦਨੀ ਚੌਂਕ ਦਾ ਸ਼ਬਦ ਜਿਹੜਾ ਸੀ ਨਾ ਉਹ ਮੈਨੂੰ ਦੱਸ ਗਿਆ ਵੀ ਤੂੰ ਦਿੱਲੀ 'ਚ ਆ। ਠੀਕ ਗੱਲ ਠੀਕ ਗੱਲ। ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਗੱਲ ਚਾਹਵਾਂਗੇ ਵੀ ਤਸ਼ੱਦਦ ਦਾ ਦੌਰ ਕਿਉਂਕਿ ਜੇ ਉੱਥੇ ਖੜਿਆ ਸੀ ਕਿਸ ਤਰ੍ਹਾਂ ਦਾ ਤਸ਼ੱਦਦ, ਕਿਉਂਕਿ ਕਈ ਵਾਰੀ ਅਸੀਂ ਸਿਰਫ ਤਸ਼ੱਦਦ ਸ਼ਬਦ ਕਹਿ ਕੇ ਅਤੇ ਗੱਲ ਨੂੰ ਮੁਕਾ ਦਿੰਦੇ ਹਾਂ। ਤਸ਼ੱਦਦ ਦੇ ਢੰਗ ਤਰੀਕੇ ਜਿਹੜੇ ਤੁਹਾਡੇ 'ਤੇ ਵਰਤੇ ਗਏ ਵੀ ਜਿਸ ਤਰ੍ਹਾਂ ਆਮ ਅਸੀਂ ਵੇਖਦੇ ਹਾਂ ਥਾਣਿਆਂ 'ਚ ਜੋ ਸਾਡੇ ਨਾਲ ਹੋਇਆ ਵੀ ਹੋਇਆ ਬੀਤਿਆ ਵੀ ਲੱਤਾਂ ਪਾੜਨੀਆਂ ਪਿੱਛੇ ਬਾਹਾਂ ਬੰਨ ਕੇ ਟੰਗਣਾ ਜਾਂ ਮਤਲਬ ਪਾਣੀ 'ਚ ਸਿਰ ਡੋਬ ਦੇਣਾ ਜਾਂ ਡਾਂਗਾਂ ਪਟੇ ਮਾਰਨੇ, ਇਹ ਸਾਰਾ ਕੁਝ ਮਤਲਬ ਗੋਬਿੰਦ ਰਾਮ ਨੇ ਤਾਂ ਮੋਟਰ 'ਤੇ ਹੀ ਪਟਾ ਫਿੱਟ ਕਰਤਾ ਸੀ ਵੀ ਬੰਦੇ ਨੂੰ ਮਾਰਦਿਆਂ ਟਾਈਮ ਲੱਗਦਾ ਅਤੇ ਉਹ ਇੱਕ ਮਿੰਟ 'ਚ ਹੀ ਪਤਾ ਨਹੀਂ ਕਿੰਨੇ ਸੈਂਕੜੇ ਪਟੇ ਵੱਜ ਜਾਂਦੇ ਸੀ ਬੰਦੇ ਨੂੰ। ਦੇਖੋ ਬੇਨਤੀ ਹੈ ਕਿ ਜਿਹੜਾ ਗੋਬਿੰਦ ਰਾਮ ਸੀ ਉਹ ਇੱਕ ਮਤਲਬ ਕਿ ਬੁੱਚੜ ਮਾਨਸਿਕਤਾ ਦਾ ਮਾਨਸਿਕਤਾ ਦਾ ਉਹ ਮਾਲਕ ਸੀ। ਹਾਂਜੀ। ਉਹ ਜਿਹੜੇ ਦਿੱਲੀ ਵਿੱਚ ਬੈਠੇ ਸੀ ਉਹ ਚਾਹੇ ਉਹ IB ਹੋਵੇ CBI ਹੋਵੇ ਜਾਂ ਕੋਈ ਹੋਰ ਏਜੰਸੀਆਂ ਹੋਵੇ ਦਿੱਲੀ ਮੈਟਰੋ ਪੁਲਿਸ ਹੋਵੇ ਜਾਂ ਕੋਈ CBI ਜਾਂ ਫੌਜ ਦੀ ਪੁੱਛਗਿਛ ਕਈ ਉਹਨਾਂ ਦੇ ਏਜੰਸੀਆਂ ਨੇ। ਹਾਂਜੀ। ਜਿਹੜੀਆਂ ਸਾਰੀਆਂ ਉਹਨਾਂ ਦਾ ਇੱਕ ਜਿਹੜਾ ਨਾ ਕਿ ਕਿਰਦਾਰ ਕਹਿ ਲਓ ਜਾਂ ਉਹਨਾਂ ਦਾ ਇੱਕ ਪੁੱਛਗਿਛ ਦਾ ਢੰਗ ਤਰੀਕਾ ਜਾਂ ਉਹਨਾਂ ਦੀ ਸਿਖਲਾਈ ਕਹਿ ਲਓ ਉਹ ਹੋਰ ਕਿਸਮ ਦੀ ਹੈ। ਅੱਛਾ ਠੀਕ। ਇਹ ਅੰਤਰ ਹੈ। ਠੀਕ। ਮੈਂ ਪੰਜਾਬ 'ਚ ਬੜੀ ਵਾਰੀ ਫੜਿਆ ਗਿਆ ਪਰ ਮੈਂ ਮਤਲਬ ਉਹਨਾਂ ਦੀ ਜਿਹੜੀ ਮਤਲਬ ਕਿ ਪੁੱਛਗਿਛ ਸੀ ਪਹਿਲਾਂ ਤਾਂ ਉਹਨਾਂ ਨੇ ਪੁੱਛਗਿਛ ਦੇ ਉੱਤੇ ਹੀ ਕਈ ਦਿਨ ਘੁਮਾਇਆ।
हाँ जी फिर बयान नोट ही करी गए। हाँ बयाना बुना होर सज्जा खबर जो बिलकुल उन्हें वेख लिया ना भी कि मतलब कि कितने नहीं थड़किया थड़किया नहीं ज कुछ भी आ भी वार वार हर वो मिलते हो भी दी ज कुछ करते हो तो बाद फिर यह होंगे कि इनू हूँ दूजी तरह झाड़ो ठीक इन्हें कपड़े झाड़ करो। हाँ जी कपड़े झाड़ में मैं वेख्या एक कुर्सी सी जिमें आ कुर्सियां डठियां ने कुर्सियां सी डंडे वाली। अच्छा जी इतों हाथ बन दते तो गोडे इन्हें बच्चे ले ले इन्हें भी डांग पा के मेरे पैर पैर रखना शरीर जोर दी नपना सारा शरीर जरा चक्या जाना पैर फिर थले आ जाने जो शरीर तां चक्या जाना दस आ दस होर दस वह दस तो पता मैं हूँ है ही नहीं कोई तो जो मैं ना कुछ करना तो उन्हें ना एक बारी पैर चक देना घूम के फिर घूम के थले चल जाना ठीक जो घूम के थले चल जाना तो वो दो हुटे आने। हाँ जी हाँ हूँ दस दसना की जो पता ही नहीं कि गल का तो फिर दसना उत्थे आपां किहड़ा ना मैं कह देखो दो तीन गल्लां तुसीं समझ लो ना तो मैं ध्यान रख्या कोई ना मैं पाकिस्तान गया कई बार्डर लंघे भी सी। हाँ जी तो तीजी गल यह आ कि मतलब कि जिहड़ा हुंदा भी वो किसी वारदात च वैसे शमूलियत वारदात विच जां किसे की कहदे होए किसे कतल विच डाके विच लुट खो विच मेरा किते जिक्र हैगा लभो रिकॉर्ड पुछो सरकार नूं जे किते मैं हैगा तां मैनूं दसो ठीक मेरा किसे दा जिक्र भी आया होवे मैं कोई इन्हां चीज़ां च आया तां दसो पाकिस्तान गया तां दसो फलाना दसो तां छे वो अपना एक कहते है अपना की कहते मिलता रहा मैं मिलता तो मैं है ही सर। हाँ जो जो मैं हेडक्वार्टर बैठा मैं मिलन आते। हाँ जी हाँ जी मैं थोड़ा मिलने जाता उ उन्होंने कि तुरे फिर जंगलों से फिरते पहाड़ियाँ फिरते कि कमाद से बैठे गए कि कोठी बैठे मैंने की पता कितने मैं बैठे हाँ मैंने मिलना आते अगले ठीक तो मिल के और दुख सुख करके जो आपका उवे माड़ा मुड़ा चले जाते मैं तो इस करके मतलब पूछगिछ जी मैं तुम गलत ढंग ना पूछ रहे हो तो दूजी गल उदों अजे खालिस्तान की गल हुई नहीं सी खालिस्तान की जो मैं फड़िया गया उदो बाद मैं फड़िया गया मार्च में। अच्छा जी तो खालिस्तान का जोड़ा मता ही पंथक कमेटी ने 29 अप्रैल में जाके अपना पास किया नहीं सरबत खालसे के उत्ते ही डिकलेयर नहीं हो गया नहीं 86 जनवरी नहीं जी नहीं जो उत्थे होता तो फिर पंथक कमेटी की करने की लड़ती। हाँ जी वो कड़ी वड्डी सी सरबत खालसे का ठीक है ठीक है। देखो अच्छा ये बाद चया देखो तुम एक ना तकनीकी गल समझो। हाँ जी जे सरबत खालसा पास कर जाए ठीक तो फिर पांच बंद वालों मता पास करता कोई आइडिया रह सकता कोई अहमियत रह जानी कोई अहमियत हैगी सी ठीक गल ठीक तो ये मतलब कि इनका मतलब है कि उत्थे नहीं होया तो ताइए इत्थे कीता उन्होंने ठीक गल जी ठीक मतलब ये अपने आप ही एक मतलब कि मोटी जी गल है। हाँ जी हाँ जी तो दूजी गल है कि उत्थे ठीक है डॉक्टर सोहन सिंह दूजे तीजे आंदे रहे उन्होंने कहें रहे ठीक पर असं नहीं मने उन्होंने गल ठीक गल सच्चाई ये तुम अज भी मता जरा लगभग सरदार कपूर सिंह वाला जो मता है ना जी उस दी ही वो कापी है सरबत खालसे ठीक 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 सरदार कपूर सिंह ही असी मानते हाँ कि साढ़े नाल वह बहुत सियाना सी ठीक तो जी कही भी अं बहुत सियाने से वह मूर्ख से नहीं बिल्कुल इस कोई शक नहीं बहुत भी सरदार कपूर सिंह असं मूर्ख मान के कही भी इन तो पता नहीं तो मोगल सिंह बहुत ज़्यादा पता है आनंदपुर साहब का मता उन्होंने ही सारा तैयार किया नहीं तैयार नहीं तो दो सदाई हुई एक जी बाद भारद्वाज ने सदाई की इन्होंने अकाली दल ने करके उन्होंने पास बाद चीता जो ना संत लौंगोवाल वाले भारद्वाज होंगे बी सी पी भार के बी सी भार ए कोई ना सी तो अच्छा पता लग जाना ठीक तो वो जो आनंदपुर का मता सोधे आया से वो इन्हों को जोड़ा पहला मता से ना। हाँ जी पहली मते की कापी जी मोहन सिंह तोड़ो तो अकाली दल का प्रधान होंगे उन्हें एक कमेटी बनाई जिन्होंने वो मता आनंदपुर साहब इजेक्टम ने पास किया अकाली दल ने फिर श्रोमणी कमेटी के इजेक्टम ने पास किया फिर अकाली दल के जनरल इजलास ने पास किया फिर श्रोमणी कमेटी के जनरल इजलास ने पास किया उदों बाद एक आम पब्लिक का इकट्ठ करके तलवंडी ने लुधियाने च पास किया मता जिहड़ा सी एक अलग चीज़ सी जिहड़ा मुड़ के संत लौंगोवाल की अगवाई विच एक भारद्वाज मैंने चेते रह गया बाकी मैं अखर नहीं चेता ठीक राणा एक अखर होर लगता होंदा सी छोटा जा जी तो दो अखरों का ही भारद्वाज ने जोड़ा कि थोड़ा जहाँ इनू छांगया
ठीक ठीक पर जो पहला सरबत खालसा से वह सरदार कपूर सिंह का ही मैं कई बार मैं क्या यार जा तो अंत तो बहुत सियाने वो मूर्ख कहूँ तो गलत सी भी कौन गलत राय पा गया हाँ जी तो जे वो सियाणा से पढ़िया लिखा से साढ़े ना दिमाग रखता है वो आने वाले भविख में संसार में समाज में दुनिया में राजनीति धर्म संसार के सारे सिस्टम जानता से तो फिर वह सियाणा से फिर अं एवें लीकां मारते फिर कोई फायदा नहीं मैं नहीं मानता मुंडा कि होर ठीक अभी तो अः अड़ गए ठीक सच्चाई जी ये है ठीक ठीक अं उस मते को मतलब कि उन्हें पास किया सख्तियाँ किन्ने दिन चलिया भाई साहब अच्छा रही गल हूँ आ गई सख्ती की गल 57 दिन मैं उन्होंने को रहा लगभग कोई 50 दिन का एड गेड कोई एक अद्धा दिन जो दिन वह घट इतें को इन बहुत शद के ढंग सन मिसाल के तौर पर जो मैं एक दसिया हाँ जी गुट से खिलार देना खिलार के तो उन्होंने बंदे कहना भी कोडा हो थोड़ा नीवा हो हाँ लत्त गांह हो जाए तो जिम्मे कुर्सी डी होंगी बंद कहना इदा करके बंदा थोड़े चेर बाद अपने आप का शरीर सुन डिग पैंता बिल्कुल ठीक अच्छा इदा डिग पैना क्या उन्होंने एक कोल एक हों चखड़ी जी हाँ करंट ला हाँ वह ऐ करके ऐ मारते अच्छा एक सिस्टम सन उन्होंने मतलब की करना भी बंदे करके तो मोर जी तो भार पा देना अच्छा तो शरीर तह चल जाना खून सारा थले आ जाना मूँह से ज दिल से तो उदो बंदा मतलब कि जाने के बेहोश हो जाता है हाँ हाँ तो रेंदे सुचेत ही सी हाँ जी नहीं वो क्योंकि ना सी पिछे पंथ कौम सारी सी तुहाडे नाल चलिया हाँ कुछ समा हाँ सच्चाई कुछ दिन चलिया है सारा नहीं पहला पुछ के चलती रही ठीक उदो बाद पता नहीं उन्होंने किसी ने कहा या की क्या मुड़के बिल्कुल ही अफसर एक आया एक दिन उन्होंने बड़ा उन्हें झाड़ झाम जी की मैं सुन रहा सखा बदियाँ तो ही मूर्ख तुम अगल नहीं हैगी फलाना ढींगड़ा जेब वो ठीक उन्हें बहुत कुछ उन्होंने कहा चलो मेरा उस रीत तो गया खेड़ा छुट फिर दो दिन लंघे तीन तो मैनू ना उन्होंने मेरे कपड़े जड़े ना नर्क हो पे जिंदगी भी नर्क सी मतलब 50 दिन तो उपर हो गए ना कि नहाते ना नहाता ना कपड़ा धोता पाया ओहो तो इन्हें गर्मिया के दिन गर्मिया के दिन तो इन्हें दरम्यान की सी जिथे अं रेंदे हैं ना वो जेडे मैं तुम्हें दसिया बरांडे जे विधि एडे एडे चूहे अच्छा इधर आना चू 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 करके भजे जाना ऐनू अच्छा उधरों ऐनू जो सिखाए होंगे सी अच्छा तो जो रजाए इन्ने होंगे ही वढ़ते नहीं किसी दंदी दुंदी तो कोई नहीं वढ़ते पर चार सफेरे भजे भुजे फिर बंदा वैसे वेख के इरीटेट जहा हों पांच सत्त होंगे ज्यादा नहीं कहीं एक आ गया दूजा चल गया तो बंदा ना मतलब जाने के उठ के मैं उठ के खड़े हो जाना सच्ची गल है अच्छा उत्थे एक गंदा जहा कंबल सुटिया ही थले जिदे पे पेंदे हाँ बाथरूम रात को बूआ नहीं खोलते सच्चाई जी है अच्छा अंदर अंदर नहीं सी हैगी टॉयलेट बनी नहीं अंदर नहीं सी टॉयलेट टॉयलेट बाहर सी अखा बन के जानिया इतों तक रात को आवा नहीं सी घड़े जे कि जे पानी पाया हुंदा सी ते कोल एक छोटी जी उन्होंने रखी सी ना कोई बुरश ना पेस्ट कुछ नहीं कुछ नहीं जी कुछ नहीं कोई दातण रुतण भी नहीं केड़े बुरश साबण दीयां गल्लां करदा कुछ नहीं जे बाथरूम भी आना ना हाँ जी तो सच्चाई जी मैं हूँ मतलब कैमरे सामने की कह मैं ऐन मूँह करके जो सामना तो ऐनू तो रोज़ आना ऐन मूँह करके बाथरूम उत्थे कर देना बाथरूम का मुश्क आना उन्होंने आप फिर उन्होंने की करना भी किसी दिन ना जो मैं पुछ के खाते ले जाना तो फिर वो धो दें देंगे भी इतने मुश्क बड़ा आ रहा है मुश्क ही आना रात को बाथरूम आ जाना तो हम ना तो किसी गल सुननी तो बंदा तंग होएगा मैदान तो रोक लेगा तो बाथरूम तो बंद उ करना पैंता मैं उदा ही कर देना ठीक ठीक इदा ही दूजे भी करते हो जो होंगे रहे मैं अपनी गल कर सकता हाँ जी हाँ जी वो गल के आ गए इदा के जोड़े वो दिन से ना वो गुजारे उत्थे नरक वर्गे नरक तो भी भैड़े जी सब भी नरक गुजारे ठीक है उदो बाद जो 50 कु दिन का एड़ गेड़ होया तो एक दिन मैं कह लगे तुम आओ जी सवेरे सवेरे बड़े इज्जत मानना मैं क्या अज इज्जत मान कितों आखता मेरे बन्ने तो मैंने एक बाथरूम च लै गए अंदर नाल मेरे दो बंदे चले गए अंदर बाथरूम च कहिंदे जी कपड़े ला के सन दे दो मैं कपड़े देते मेरे वास्ते तो यह भी शायद बाथरूम भी इंटरोगेट नहीं है अच्छा अच्छा ये कपड़े लवा ले आओ कपड़े लवा ले भी इंटरोगेट नहीं हूँ मैं की करना हूँ अच्छा चलो मैनू ना साबण तेल दूजा तीजा सब कुछ रखे कहते जी आराम ना केसी आप सिर भी नहाओ तो अपना सिर पिंडे सब कुछ धोवो नहाओ मजे ना इतने तुम ऐ चंगी तरह नहा धो गया अज नग गई की गल हुई नहा धो गया नहा धो गया तो जो बस्त्र मेरे से ना
पहले पे हुए होंगे बेच अपने बैग जे दे बस्तर जड़े ना उन्होंने मार के माड़ी जी उन्होंने प्रेस प्रेस मारी वधिया जी करके मैनू उन्होंने आवाज मार के बूआ कुंडी खिला के तो अंदर फड़ाते कपड़े अच्छा चोला ही देना सी हाँ जी कशहरा भरना तो पहले ही उन्होंने मैंने फड़ाता उ चलो मैं इशनान पानी भी कर लिया तो कपड़े पाले तो मैं जो आवाज दी अंदर ही फिर दोबारा वो आए दो जने उ मेरी उन्हें साबण भी दो बार ही लाया होना पता ही नहीं चेता ही नहीं मैं साबण ही घसाता सारा ला ला गर्मिया के बच्चे मैं भाई साहब चलो थोड़ी तुम तो बहुत व्डे लैवल से तशद से आ 30 दिन रिमांड कट्टिया गंदियां हवालात जिते पूरे शरीर से जुआ पै गई सी छनानपन करा के ते एक साफ जिहा कमरा ही उन्दे लै गए उन्हां दा एक बेंच जिहा डठा होया बेंच वर्गा छोटा जिहा मंजा जिहा ही अच्छा छोटा जिहा मतलब ना बेंच सी ना मंजा जिहा मैनूं कहिंदे लम्मा पैणा 10 मिनट पै लो अच्छा मैं कहा बड़े मेहरबान ने अज मेरे से अच्छा खाना मेरे वास्ते आ गया वधिया खाना अच्छा पहली बार मैं वो खाना इस पुछगिछ विच वो खादा वो उन्दे च आया अपने टिफिन च अच्छा वह खाने की एक गल मैं तुहानूं वैसे मैं कहना चाहूँगा हाँ। देखो दुश्मन होना किसी का एक अलग चीज़ है हाँ। विरोधी होना एक अलग चीज़ है किसी ने विचारों की समझ होनी ना जिदन मैं गया उस दिन एक अफसर ने मेरी अखा बदिया उन्हें कहा भी मैं सब कुछ बर्दाश्त कराँगा पर इन्हे खाने में कोई कमी नहीं होनी चाहिए मैं बर्दाश्त नहीं करा अच्छा मतलब खाना वधिया मिलना चाहिए नहीं खाना इन पुछ के देना की खाना चाहता है वेरी गुड ये पहले दिन ही एक अफसर ने उन्होंने हदायत की सी मैनू नहीं पता भी वह कौन सी कौन नहीं पता खबर दिया सी खाने के मामले उन्हें कहा भी मैं मतलब बर्दाश्त नहीं करांगा जो ये खाना खाना चाहता वो तुसी देना है तो सच्चाई है कि मैनू ना मैं खाना कि दाल खानी ही रोटी खानी और मैं की खाना है हाँ जी तो कई बार चलो जो कोई मिठे मुठे जी करना तो उन्होंने कहना जा गुड़ दे दो माड़ा मुड़ जा कोई होर इदा कर तो उन्होंने की करना भी कोई ले आना मिठा बनया वो मैं भी बाद च अंदाजा लाया भी वह किसी होटल होटल चो सब्जी दाल लै आए तो उतो रोटियां चार चक लिया होने तो उतो ही कड़ा फू लै आता होना थोड़ा थोड़ा मतलब जा जे कदे वह भी कदे कदा ही अच्छा पंजे सत्ती दही दिन ना बंदे अंदर कई बार मिठा मंगता हाँ मंगता मंगता तो मतलब के उन्होंने मैनू तो बाकी भी टिफिन जरा तीन चार डब्बे होंगे जी उन्होंने गंढा जरूर देना उन्हें कहना गंढा खाना ही खाना अच्छा ये मैंने उन्होंने पक्का हदायत की भी गंढा खाने ही खाना अच्छा मैनू मैं शायद ये भी कोई मैडिकल पॉइंट ऑफ व्यू होगा जो उन्होंने कोई हिसाब किताब होगा चलो मैं प्रशादा उशादा पर उस दिन मेहरबान ये हुई उस दिन खीर भी आई ना अच्छा जी मैं आख्या भी अज खीर भी आ गई है हाँ जी कड़ाह भी आ गया है तो अज टिफिन भी दो आ गए ने ठीक मतलब एक हिसाब किताब जहाँ मैं समझो बाहर मेरे हो गया अच्छा चलो खाना खा लिया तो मैं आख भी जाते नवी छडन छुटे जाना हो जेल से मैं सच्ची गल तो यही समझा तो होया कि उस दिन मुड़ के वो जरा मैं ना कमरे के लै गए उस पुछगिछ वाले उन्होंने कमरा बनया ही बहुत वधिया बनया से उन्होंने जो कैमरे कुमरे सब कुछ फिट किया होंगे ठीक आप सोचते हैं कि नहीं होगा पर उत्थे उन्होंने सारा हाँ पूरा उन्होंने ऑब्जरवेशन पूरी हाँ पूरी होंगी है उत्थे मैनू लै गए जी उत्थे ले जा के तो हालांकि कुर्सी पर बिठा दिता कुर्सी पर बिठाता उस कमरे में उस दिन मतलब कि खुशबू जी आवे जिमें कि छिड़कया हों कुछ जैंट परफ्यूम स्मैल परफ्यूम वगैरह तो मेरे भी कपड़े दया करके मार गया अच्छा हाँ जी मतलब मैं पता लगा भी मेरे तो कोई ना अच्छ कोई विशेष ट्रीटमेंट है पता नहीं की होने लगा सच्चाई जी मैं पता नहीं सी अच्छा होया कि कुछ चिर बाद गड्डिया आईया घर बेस्टर कार होंदिया चलती हो सकता हो कार एक बंदे नूं पता लग जांदा हुंदा वी गड्डियां किन्नियां कु आ रहियां हां जो दरवाजे खुलदे वजदे हां खुलदे वजदे आ दरवाजे दा पता लगदा ते ठप ठप बाहर भी जिहड़े खड़े हे उहनां ने ओह सूट सलट जिहा मारिया होगा उहनां नूं पैर भज्जे धरती ते मैं समझिया वी कोई अफसर आया है अपने मोटे तौर ते इह हुंदा ठीक वी जिहड़ा मैनूं नवाया धोया इहनां ने ते अज खाणा खूणा चंगा दित्ता इहदा मतलब कोई अफसर वड्डा आया चलो आपां बस 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 सां जदों कुछ जिहड़ा बंदा कर ही नहीं सकता कुछ जो मर्जी आई जाए ना आई जाए तो होया कि उत्थे सामने मेरे कुर्सी ते बैठा तो सामने कुर्सी के उत्ते एक आदमी आके बैठ गया
आदमी कुर्सी ते आके बैठा कोई अखां भाई साहब दियां बन्नियां होईयां ने हुण तुहाडे मन दे विच वी इक क्यूरियोसिटी बनी होणी आ कि भाई साहब नूं चंगा खाणा खवाया गया इशनान कराया गया कपड़ियां ते परफ्यूम पाया गया कौन अफसर मिलन आया सी तुसीं वेखते रहो पी टी एन 24 ब्रेक तो बाद तुहानूं दसांगे कि वो कौन सी जिहड़ा इहनां नूं मिलन आया।